ਵੀਰ ਜੀ ਕਬੱਡੀ ਤੇ ਆਪਣੇ ਇੱਕ ਮਾਂ ਖੇਡ ਕਬੱਡੀ ਦਾ ਦਰਜਾ ਮਿਲਿਆ ਇਹਨੂੰ ਤੇ ਵੀਰ ਜੀ ਐਡੀ ਕੁ ਫਿਟਨੈਸ ਵਾਲੀ ਗੇਮ ਹੈ ਨਾ ਇਹ ਵੀ ਜਿਉਂ ਤੁਸੀਂ ਮਤਲਬ ਇਹਦੇ ਖੇਡਦੇ ਹੋ ਆਪਣਾ ਤਨ ਜਿਹੜਾ ਬਿਲਕੁਲ ਐਂ ਨਰੋਰ ਰਹਿੰਦਾ ਜੀ ਨਸ਼ੇ ਮਤਲਬ ਕਿ ਬਿਮਾਰੀਆਂ ਤੋਂ ਬਿਲਕੁਲ ਦੂਰ ਰਹੂਗਾ ਇਹ ਇਹ ਕਰਕੇ ਇਹਨੂੰ ਪ੍ਰੇਰਿਤ ਕਰਤਾ ਵੀ ਬਹੁਤ ਕਬੱਡੀ ਖੇਡੋ ਨਸ਼ਿਆਂ ਵੱਲ ਨਾ ਜਾਓ ਮਤਲਬ ਇਹਨਾਂ ਤੁਹਾਨੂੰ ਪਤਾ ਕਿੰਨੇ ਕਿੰਨੇ ਵਧੀਆ ਪਲੇਅਰ ਹੋਇਆ ਬਹੁਤ ਮਾੜੇ ਘਰਾਂ ਤੋਂ ਉੱਠੇ ਆ ਅਤੇ ਬੜੇ ਤਰੱਕੀ ਕੀਤੀ ਆ ਅਤੇ ਮੈਂ ਵੀ ਇਹਨਾਂ ਨੂੰ ਇਹੋ ਕਹਿਣਾ ਵੀ ਜਿੱਦਾਂ ਤੁਸੀਂ ਹੁਣ ਨਹੀਂ ਮਾਂ ਬਾਪ ਸਪੋਰਟ ਕਰਦੇ ਕੱਲ੍ਹ ਨੂੰ ਕਬੱਡੀ ਖੇਡ ਕੇ ਆਪਣਾ ਨਾਂ ਚਮਕਾਓ ਨਾਮ ਰੋਸ਼ਨ ਕਰੋ ਬਾਕੀ ਬਹੁਤ ਵਧੀਆ ਗੇਮ ਆ ਜੀ ਇਹ ਮੈਂ ਕੋਲੇਜ ਪੜ੍ਹਦਾ ਪਿਆ ਜੀ ਨਾਲੇ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਕਰਦਾ ਪਿਆ ਵਾਂ ਅਤੇ ਨਾਲੇ ਮੈਨੂੰ ਕਬੱਡੀ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਇਸ ਕਰਕੇ ਮੈਂ 2-3 ਸਾਲ ਹੋ ਗਏ ਮਿਹਨਤ ਕਰਨ ਡੇ ਆ ਭਾਅ ਜੀ ਹਾਂ ਅਤੇ ਖੇਡਦੇ ਪਏ ਹਾਂ ਪਿੰਡ ਦੇ ਸਹਿਯੋਗ ਨਾਲ ਵਧੀਆ ਟੀਮ ਟੂਮ ਖੜੀ ਦੀ ਆ ਬਾਹਰ ਕਬੱਡੀ ਦਾ ਭਾਅ ਜੀ ਸ਼ੌਂਕ ਆਪਾਂ ਨੂੰ ਹੀ ਆਪਾਂ ਫਿਰ ਹੌਲੀ ਹੌਲੀ ਸਾਰੇ ਬੱਚਿਆਂ ਨੂੰ ਜੋੜਿਆ ਅਤੇ ਹੁਣ ਅੱਜ ਵਧੀਆ ਸ਼ਿਕਸ਼ਾ ਦੇਣ ਡੇ ਸਰਤਾਜ ਜੀ ਵੇਖੋ ਅਤੇ ਵਧੀਆ ਮੁੰਡੇ ਖੇਡਣ ਅਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕਰਨ ਵੈਸੇ ਤਾਂ ਮੈਂ ਸਰ ਉਹ ਕੰਮ ਕਰਦੇ ਜੇ LCD ਵਾਲਾ ਕਬੱਡੀ 2-3 ਸਾਲ ਹੋ ਗਏ ਆ ਮੇਰੇ ਚਾਚਾ ਜੀ ਖਿਡਾਉਂਦੇ ਜਿਹੜੇ ਕੋਚ ਸਾਹਿਬ ਇਹਨਾਂ ਦੇ ਕਰਕੇ ਮੈਂ ਵੀ ਖੇਡਣੀ ਚਾਲੂ ਕੀਤੀ ਕਬੱਡੀ ਹਾਂਜੀ ਇਹ ਜਿਹੜਾ ਸਰੀਰ ਬਹੁਤ ਵਧੀਆ ਰਹਿੰਦਾ ਇੱਕ ਤਾਂ ਵਧੀਆ ਤੁਰਨਾ ਫਿਰਨਾ ਵੀ ਹੁੰਦਾ ਵਾ ਨਾਲੇ ਨਸ਼ੇ ਪੱਤੇ ਤੋਂ ਦੂਰ ਬੰਦਾ ਰਹਿੰਦਾ ਇੱਕ ਤਾਂ ਨਾਲੇ ਲੋਕ ਫਿਰ ਇੱਦਾਂ ਕਹਿੰਦੇ ਨਹੀਂ ਆ ਵੀ ਮੁੰਡਾ ਵਿਹਲਾ ਵਾ ਕੀ ਫਿਰਦਾ ਰਹਿੰਦਾ ਗੇਮ 'ਚ ਬੰਦਾ ਮਜ਼ਾ ਰਹਿੰਦਾ ਵੈਸੇ ਸਭ ਤੋਂ ਪਹਿਲਾਂ ਜੀ ਕਿ ਜਿਹੜਾ ਇਹ ਸਟੇਡੀਅਮ ਜਿੱਥੇ ਅਸੀਂ ਬਹਿ ਕੇ ਅੱਜ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਇਹ ਸਟੇਡੀਅਮ ਮੇਰੇ ਚਾਚਾ ਜੀ ਜਦ ਸਰਪੰਚ ਸਨ 2008 ਤੋਂ ਲੈ ਕੇ 2013 ਤੱਕ ਉਹਨਾਂ ਸਰਪੰਚ ਬਣਦੇ ਉਹਨਾਂ ਦੇ ਕਈ ਮਨਾਂ 'ਚ ਇਹੋ ਜਿਹੇ ਸਵਾਲ ਸਨ ਕਿ ਮੈਂ ਪਿੰਡ ਲਈ ਕੀ ਕਰ ਸਕਦਾ ਅਤੇ ਬੱਚਿਆਂ ਲਈ ਸਟੇਡੀਅਮ ਹੀ ਜਿਹੜਾ ਸਭ ਨੂੰ ਬੈਸਟ ਅਸੀਂ ਸਮਝਦੇ ਹਾਂ ਕਿ ਜਿੱਥੋਂ ਬੱਚਿਆਂ ਨੂੰ ਉਤਸ਼ਾਹ ਹੋ ਸਕਦੇ ਆ ਜਾਂ ਗਾਂਹ ਵੱਧ ਸਕਦੇ ਆ ਅਤੇ ਇਹ ਸਟੇਡੀਅਮ ਜਿਹੜਾ ਉਹਨਾਂ ਦੀ ਦੇਣ ਹੈ ਉਹਨਾਂ ਦੀ ਮਿਹਨਤ ਸਦਕਾ ਇਹ ਜਿਹੜਾ ਸਟੇਡੀਅਮ ਬਣਿਆ ਅਤੇ ਹੁਣ ਅਸੀਂ ਇਹ ਸਟੇਡੀਅਮ ਦਾ ਪੂਰਾ ਲਾਭ ਲੈ ਰਹੇ ਹਾਂ ਬੱਚਿਆਂ ਨੂੰ ਮੋਟੀਵੇਟ ਕਰੀਦਾ ਕਿ ਸਵੇਰ ਦੇ ਅਤੇ ਸ਼ਾਮ ਦੇ ਟਾਈਮ 2 ਟਾਈਮ ਇੱਥੇ ਆਓ ਆ ਕੇ ਆਪਣੀ ਪ੍ਰੈਕਟਿਸ ਕਰੋ ਰਨਿੰਗ ਜੋ ਵੀ ਤੁਸੀਂ ਕਰ ਸਕਦੇ ਹੋ ਇੱਕ ਸਾਡੇ ਪਿੰਡੋਂ ਹੀ ਲੜਕੇ ਚੰਗੇ ਕਬੱਡੀ ਦੇ ਖਿਡਾਰੀ ਰਹੇ ਨੇ ਉਹਨਾਂ ਨੂੰ ਮੈਂ ਬੇਨਤੀ ਕੀਤੀ ਆ ਉਹ ਆਪ ਵੀ ਉਪਰਾਲਾ ਕਰ ਰਿਹਾ ਬੱਚਿਆਂ ਨੂੰ ਕਬੱਡੀ ਨਾਲ ਜੋੜ ਰਹੇ ਆ ਜ਼ਿਆਦਾ ਕਿਉਂਕਿ ਸਾਡਾ ਜਿਹੜਾ ਵਿਰਾਸਤ ਆ ਅਤੇ ਗੇਮ ਵੀ ਇੰਨੀ ਵਧੀਆ ਆ ਕਿ ਸਰੀਰ ਜਿਹੜਾ ਹਰ ਤਰ੍ਹਾਂ ਦਾ ਪ੍ਰਫੁੱਲਿਤ ਹੁੰਦਾ ਇਹਦੇ ਵਿੱਚ ਦੋ ਸਾਨੂੰ ਸਸ਼ਕਤੀਕਰਨ ਪੁਰਸਕਾਰ ਜੋ ਦਿੱਲੀ ਤੋਂ ਮਿਲੇ ਸਨ ਉਹ ਜਿਹੜੀ ਉਹਨਾਂ ਦੀ ਰਾਸ਼ੀ ਮਿਲੀ ਸੀ ਉਹਨਾਂ ਨਾਲ ਵੀ ਅਸੀਂ ਇੱਕ ਡਿਸਪੈਂਸਰੀ ਇੱਕ ਬੱਚਿਆਂ ਲਈ ਆਂਗਨਵਾੜੀ ਜਿਹੜਾ ਆ ਉਹ ਉਹਨਾਂ ਦੀ ਰਾਸ਼ੀ ਨਾਲ ਤਿਆਰ ਕੀਤਾ ਪਲੱਸ ਇੱਕ ਸਾਡੀ ਵਾਟਰ ਸਪਲਾਈ ਜਿਹੜੀ ਆ ਪੰਜਾਬ 'ਚ ਨੰਬਰ 1 ਆਉਣ 'ਤੇ ਇੱਕ ਇਨਾਮ ਸਾਨੂੰ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਸੀਗਾ ਅਤੇ ਉਹਨਾਂ ਦੀ ਪ੍ਰੇਰਨਾ ਸਦਕਾ ਹੀ ਫਿਰ ਅੱਜ ਮੇਰਾ ਵੀ ਮਨ ਬਣਿਆ ਕਿ ਮੈਂ ਵੀ ਮਤਲਬ ਗਾਂਹ ਵੱਧ ਕੇ ਕੁਝ ਨਾ ਕੁਝ ਉਹਨਾਂ ਦੀਆਂ ਲੀਆਂ 'ਤੇ ਚੱਲ ਕੇ ਪਿੰਡ ਵਾਸਤੇ ਕਰ ਸਕਾਂ ਸੋ ਕੋਸ਼ਿਸ਼ ਕਰ ਰਹੇ ਹਾਂ ਬਾਕੀ ਮਿਹਨਤ ਜਦੋਂ ਕਰੀਏ ਫਿਰ ਤੁਹਾਨੂੰ ਪਤਾ ਹੀ ਆ ਫਿਰ ਰਾਹ ਪੇ ਸੁਖਾਲੇ ਹੁੰਦੇ ਜਾਂਦੇ ਪਰ ਜਿਹੜੀ ਉਹਨਾਂ ਦੇ ਨਾਲ ਟੀਮ ਕੰਮ ਕਰ ਰਹੀ ਸੀਗੀ ਪੰਚਾਇਤ ਮੈਂਬਰਸ ਹੋ ਗਏ ਜਾਂ ਹੋਰ ਜਿਹੜੇ ਸਾਡੇ ਲੋਕਲ ਬਾਕੀ ਪਿੰਡ ਦੇ ਵਸਨੀਕ ਸਨ ਸਿਆਣੇ ਬੰਦੇ ਸਨ ਉਹਨਾਂ ਵੀ ਇੰਨਾ ਜ਼ਿਆਦਾ ਸਾਥ ਦਿੱਤਾ ਕਿ ਮਤਲਬ ਇਸ ਟੀਮ ਇੰਨੀ ਸਟਰੋਂਗ ਬਣ ਗਈ ਕਿ ਸਾਨੂੰ ਕੋਈ ਵੀ ਕੰਮ ਕਰਨ 'ਚ ਕਦੀ ਦਿੱਕਤ ਨਹੀਂ ਆਈ ਸੇਮ ਹੀ ਬਾਅਦ 'ਚ ਜਦੋਂ ਹੁਣ ਮੈਂ ਵੀ ਮੌਜੂਦਾ ਸਰਪੰਚ ਹਾਂ ਅਤੇ ਸੇਮ ਉਹੋ ਹੀ ਟੀਮ ਜਿੱਦਾਂ ਦੀ ਉਹਨਾਂ ਕੋਲ ਸੀ ਉਹਨਾਂ ਉੱਦਾਂ ਦੀ ਟੀਮ ਵੀ ਮੈਨੂੰ ਗਾਂ ਮਿਲੀ ਆ ਪਲੱਸ ਲੋਕਾਂ ਨੇ ਇੰਨਾ ਸਾਥ ਦਿੱਤਾ ਕਿ ਜਦੋਂ ਤੁਸੀਂ ਚੰਗੇ ਕੰਮ ਕੀਤੇ ਆ ਜਦੋਂ ਲੋਕ ਉਹਨੂੰ ਸਰਾਉਂਦੇ ਆ ਫਿਰ ਤੁਹਾਡਾ ਮਨ ਕਰਦਾ ਕਿ
हाँ बई वाकई जिहड़ा साडा काम आ उहदी सानूं प्रशंसा जां सानूं की कह सकते हैं आपां कि सानूं उहदा मतलब साडी गुडविल मिल रही आ सानूं उहदी, ते सो तुहाडा काम करन नूं फिर होर दिल करदा आ।